ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਇਸ ਤੋਂ ਪਹਿਲਾਂ 4 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦੀ ਗਿਣਤੀ ਵੱਧ ਕੇ 5 ਹੋ ਗਈ ਹੈ। ਦੱਸ ਦਈਏ ਕਿ ਸੰਗਰੂਰ ਦੇ ਦਿੜਵਾ ਦੇ ਗੁਜਰਾ ਪਿੰਡ ਦੇ 6 ਲੋਕਾਂ ਨੇ ਇਕੱਠੇ ਸ਼ਰਾਬ ਪੀਤੀ ਸੀ ਤੇ ਉਹਨਾਂ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਦੋ ਸਕੇ ਭਰਾਵਾਂ ਸਮੇਤ 4 ਦੀ ਮੌਤ ਹੋ ਗਈ ਸੀ ਤੇ 2 ਨੂੰ ਹੁਣ ਸੰਗਰੂਰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਦੇ ਵਿੱਚੋਂ 1 ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ 33 ਸਾਲ ਦੇ ਲਾਡੀ ਸਿੰਘ ਵਜੋਂ ਹੋਈ ਹੈ ਤਾਂ ਮੌਤਾਂ ਦੀ ਗਿਣਤੀ 4 ਤੋਂ ਵੱਧ ਕੇ 5 ਹੋ ਗਈ ਹੈ। 6 ਲੋਕਾਂ ਨੇ ਇਕੱਠੇ ਸ਼ਰਾਬ ਪੀਤੀ ਸੀ, 5 ਦੀ ਮੌਤ ਹੋ ਗਈ ਹੈ, 1 ਹਾਲੇ ਵੀ ਗੰਭੀਰ ਦੱਸਿਆ ਜਾ ਰਿਹਾ ਹੈ। ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਸੰਗਰੂਰ ਦੇ ਦਿੜਵਾ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਪਹਿਲਾਂ 4 ਲੋਕਾਂ ਦੀ ਮੌਤ ਹੋਈ ਸੀ ਤੇ ਹੁਣ 1 ਹੋਰ ਦੀ ਜਾਨ ਚਲੇ ਗਈ ਹੈ। 6 ਵਿਅਕਤੀਆਂ ਨੇ ਰਾਤ ਨੂੰ ਇਕੱਠੇ ਹੋ ਕੇ ਸ਼ਰਾਬ ਪੀਤੀ, ਸੌਂ ਗਏ, ਸਵੇਰੇ ਜਾਗੇ ਤਾਂ 2 ਦੀ ਹਾਲਤ ਬੇਹੱਦ ਗੰਭੀਰ ਸੀ, ਜਿਸ ਤੋਂ ਬਾਅਦ 2 ਦੀ ਹੋਰ ਦੀ ਹਾਲਤ ਵਿਗੜ ਗਈ। 4 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਦੇ ਵਿੱਚ 2 ਆਪਸ ਦੇ ਵਿੱਚ ਸਕੇ ਭਰਾ ਸਨ, ਭੋਲਾ ਸਿੰਘ, ਨਿਰਮਲ ਸਿੰਘ। ਦੱਸ ਦਈਏ ਕਿ ਗੁਰਜੰਟ ਜਗਜੀਤ ਸਿੰਘ ਦੀ ਮੌਤ ਹੋ ਗਈ ਸੀ ਤੇ ਹੁਣ ਲਾਡੀ ਸਿੰਘ ਦੀ ਵੀ ਜਾਨ ਚਲੇ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ 150 ਰੁਪਏ ਦੇ ਵਿੱਚ ਇਹ ਸਸਤੀ ਸ਼ਰਾਬ ਖਰੀਦੀ ਸੀ, ਜਿਸ ਤੋਂ ਬਾਅਦ ਇਹ ਜ਼ਹਿਰੀਲੀ ਨਿਕਲੀ ਤੇ ਇਹ ਬੇਸੁੱਧ ਹੋ ਗਏ ਤੇ 4 ਦੀ ਜਾਨ ਚਲੇ ਗਈ ਸੀ ਤੇ ਹੁਣ 5ਵੇਂ ਦੀ ਵੀ ਮੌਤ ਹੋ ਗਈ ਹੈ। ਦੱਸ ਦਈਏ ਕਿ ਲਾਡੀ ਸਿੰਘ ਦੀ ਪਹਿਲਾਂ ਅੱਖਾਂ ਦੀ ਰੌਸ਼ਨੀ ਗਈ ਤੇ ਹੁਣ ਉਸ ਦੀ ਜਾਨ ਵੀ ਚਲੀ ਗਈ ਹੈ। ਪਿੰਡ ਗੁੱਜਰਾਂ ਦੇ ਵਿੱਚ ਇਹਨਾਂ ਮੌਤਾਂ ਦੀ ਜਾਂਚ ਦੇ ਲਈ 1 SIT ਦਾ ਵੀ ਗਠਨ ਕਰ ਦਿੱਤਾ ਗਿਆ ਹੈ।